ਮਾਲਵਿੰਦਰ ਸਿੰਘ ਮਾਲੀ ਨੂੰ ਦੋਸਤੋ ਪੇਸ਼ ਕੀਤਾ ਗਿਆ ਅੱਜ, ਅਤੇ ਜਿਸ ਤਰ੍ਹਾਂ ਬੜੀ ਹੀ ਸਖਤ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ, ਅਤੇ ਆਪਣੇ ਨਾਲ ਢਿੱਲੋਂ ਸਾਹਿਬ ਨੇ, ਵਕੀਲ ਸਾਹਿਬ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਜਿਸ ਤਰ੍ਹਾਂ ਜਾਂਦੇ ਜਾਂਦੇ ਉਹਨਾਂ ਨੇ ਆਖਿਆ ਤਰੀਕਾਂ ਭੁਗਤਣਗੇ, ਜੱਟ ਲੜ ਪਏ, ਕਿਵੇਂ ਮਹਿਸੂਸ ਕਰਦੇ ਹੋ, ਕੀ ਜਿਸ ਤਰ੍ਹਾਂ ਅੱਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਜੀ? ਅੱਛਾ, ਅਤੇ ਕੀ ਕਿਹਾ ਉਹਨਾਂ ਨੇ ਫਿਰ? ਮੈਂ ਕਿਹਾ ਸੀ ਬੇਲ ਬਾਰੇ ਪੁੱਛਿਆ ਸੀਗਾ, ਹਾਂ ਬੇਲ ਲਾਈਏ। ਅੱਛਾ, ਕੋਈ ਗੱਲ ਨਹੀਂ, ਤਰੀਕਾਂ ਭੁਗਤਣਗੇ ਜੱਟ ਲੜ ਕੇ, ਚੜ੍ਹਦੀ ਕਲਾ 'ਚ। ਚੜ੍ਹਦੀ ਕਲਾ 'ਚ, ਅਤੇ ਜਿਹੜਾ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਮੈਡੀਕਲ ਆਧਾਰ 'ਤੇ, ਉਹਦੀ ਕੀ ਗਰਾਊਂਡ ਹੈ? ਉਹ ਤਾਂ ਉਹਨਾਂ ਦੀ ਆਈ ਸਾਈਟ ਦੀ ਪ੍ਰੋਬਲਮ ਹੈਗੀ ਹੈ। ਅੱਛਾ, ਉਹਦੇ ਕਰਕੇ ਮਤਲਬ ਦਿਖਾਉਣ ਵਾਸਤੇ ਵਕਾਲਤਨਾਮਾ ਵੀ ਸਾਈਨ ਕਰਾਇਆ ਗਿਆ? ਨਹੀਂ, ਵਕਾਲਤਨਾਮਾ ਉੱਥੇ ਹੋਊਗਾ ਜੀ। ਅੱਛਾ, ਦੈਟ ਸ਼ੁੱਡ ਬੀ ਟੈਸਟਡ। ਠੀਕ ਹੈ, ਪਰ ਜਿਵੇਂ ਸਿਕਿਉਰਿਟੀ ਵਗੈਰਾ ਤੁਸੀਂ ਵੇਖ ਰਹੇ ਹੋ ਕਿ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਜੀ, ਐਸ ਪੀ, ਦੋ ਇੰਸਪੈਕਟਰ, ਡੀ ਐਸ ਪੀ, ਏ ਐਸ ਆਈ ਇੰਨੇ ਜਿਹੜੇ। ਅੱਛਾ, ਇਟ ਨਾਟ ਏ ਹਾਰਡ ਕੋਰ ਕ੍ਰਿਮੀਨਲ। ਓਕੇ, ਹਾਂ, ਇਹ ਜਰਨਲਿਸਟ ਜੀ ਜੀ। ਕਿਵੇਂ ਵੇਖਦੇ ਹੋ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ? ਤੁਹਾਡੀ ਤਾਂ ਲੰਮਾ ਸਮਾਂ ਗੱਲ ਕੁੱਟਿਆ ਹੋਇਆ ਜੀ। ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਜੀ। ਅਤੇ ਇਸ ਤਰ੍ਹਾਂ ਸਾਹਿਬ ਗੁਰਦਰਸ਼ਨ ਸਿੰਘ ਬਾਈ ਆ ਮਾਲੀ ਸਾਹਿਬ ਹੋਰਾਂ ਦੇ ਬੜੇ ਨਜ਼ਦੀਕੀ, ਪਿਛਲੇ ਲੰਮੇ ਸਮੇਂ ਤੋਂ ਦਹਾਕਿਆਂ ਤੋਂ ਜੁੜੇ ਨੇ, ਸਾਹਿਬ ਰਣਜੀਤ ਸਿੰਘ ਗਰੇਵਾਲ ਜੋ ਬ੍ਰਦਰ ਨੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਹੋਰਾਂ ਦੇ। ਅਤੇ ਬਾਈਆ ਸਾਹਿਬ ਕਿੱਦਾਂ ਵੇਖਦੇ ਹੋ 30-35 ਸਾਲ ਬਾਅਦ ਉਹੀ ਸਿਲਸਿਲਾ? ਹਾਂਜੀ, ਸਰਕਾਰਾਂ ਬਦਲ ਜਾਂਦੀਆਂ, ਸਰਕਾਰਾਂ ਦਾ ਖਾਸਾ ਉਹੀ ਹੁੰਦਾ, ਸਰਕਾਰਾਂ ਦਾ ਜਿਹੜਾ ਜ਼ੁਲਮ ਕਰਨ ਵਾਲਾ ਖਾਸਾ ਉਹ ਕਦੇ ਨਹੀਂ ਬਦਲਿਆ, ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ। ਸੋ ਉਹੀ ਪੁਰਾਣਾ, ਪਰ ਜਿਵੇਂ ਵੇਖ ਰਹੇ ਹੋ ਕਿ ਬਹੁਤ ਟਾਈਟ ਸਿਕਿਉਰਿਟੀ 'ਚ ਪਿਛਲੇ ਦਰਵਾਜ਼ਿਓਂ ਲਿਆਂਦਾ ਗਿਆ, ਇਹ ਅਨਪ੍ਰੈਸੀਡੈਂਟ ਹੈ। ਮੈਂ ਕਦੇ ਇੰਨੀ ਸਿਕਿਉਰਿਟੀ ਨਹੀਂ ਦੇਖੀ, ਉਹ ਕੋਈ ਹਾਰਡ ਕੋਰ ਕ੍ਰਿਮੀਨਲ ਨਹੀਂ, ਉਹ ਜਰਨਲਿਸਟ ਹੈ, ਪੋਲੀਟੀਕਲ ਜਿਹੜਾ ਹੈਗਾ ਕਮੈਂਟੇਟਰ ਹੈ। ਸੋ ਇਹ ਮਤਲਬ ਉਹਨੂੰ ਨਜਾਇਜ਼, ਉਹਨੂੰ ਅਤੇ ਉਹਦੇ ਜਿਹੜੇ ਰਿਸ਼ਤੇਦਾਰ ਮਿਲਣ ਵਾਲਿਆਂ ਨੂੰ ਨਜਾਇਜ਼ ਹਰਾਸ ਕਰਨ ਵਾਲੀ ਗੱਲ ਹੈ, ਈਵਨ ਮਰੀਜ਼ਾਂ ਨੂੰ ਵੀ ਨਜਾਇਜ਼ ਹਰਾਸ ਕਰਨ ਵਾਲੀ ਗੱਲ ਹੈ। ਜਿਵੇਂ ਬਾਈਆ ਸਾਹਿਬ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਉਜ਼ਰ ਕੀਤਾ ਗਿਆ, ਜਿਸ ਤੋਂ ਜਿਨ੍ਹਾਂ ਦੀਆਂ ਭਾਵਨਾਵਾਂ ਭੜ ਗਈਆਂ ਨੇ ਅਮਰ ਜੈਨ, ਉਹ ਕਹਿੰਦੇ ਵੀ ਸ਼੍ਰੀ ਰਾਮ ਨੂੰ ਮਿਲਾਇਆ ਗਿਆ ਆਮ ਲੋਕਾਂ ਦੇ ਨਾਲ। ਪਰ ਕੱਲ੍ਹ ਵੀ ਕੇਜਰੀਵਾਲ ਅਤੇ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਉਹ ਕਹਿ ਰਹੇ ਸੀ ਕਿ ਰਾਮ ਅਤੇ ਲਖਨ ਦੀ ਜੋੜੀ ਨਹੀਂ ਟੁੱਟੇਗੀ। ਇਹ ਤਾਂ ਸਿਰਫ ਬਹਾਨਾ ਬਣਾਇਆ ਜੀ, FIR ਦਾ ਕੋਈ ਮਤਲਬ ਹੀ ਨਹੀਂ। ਜਿਹੜੇ ਲੀਗਲ ਲਿਮਿਨਰੀਜ਼ ਨੇ ਉਹਨਾਂ ਦਾ ਬੈਂਸ ਹੋਰਾਂ ਦਾ ਆ ਗਿਆ ਵੀ ਇਹਦੇ ਕੋਈ ਬਣਦਾ ਹੀ ਨਹੀਂ, ਇਹ ਤਾਂ ਬਹਾਨਾ ਜੀ, ਕੋਈ ਭਾਵਨਾਵਾਂ ਪ੍ਰਗਟਾਉਣ ਵਾਲੀ ਉਹਦੀ ਵੀਡੀਓ ਹੈ ਹੀ ਨਹੀਂ। ਜਿਵੇਂ ਮਨੀਸ਼ ਸਿਸੋਦੀਆ ਨੇ ਆਖਿਆ ਕਿ ਸਾਡੀ ਰਾਮ ਅਤੇ ਲਖਨ ਦੀ ਜੋੜੀ ਅਸੀਂ ਨਹੀਂ ਤੋੜਾਂਗੇ, ਮਤਲਬ ਲੀਡਰ ਆਪਣੇ ਆਪ ਨੂੰ ਰਾਮ ਅਤੇ ਲਖਨ ਜੀ ਬਣ ਸਕਦੇ ਆ? ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ, ਮੈਂ ਤਾਂ ਸਿਰਫ ਇਹ ਕਹਿ ਸਕਦਾ ਵੀ ਜੋ ਮਾਲੀ ਸਾਹਿਬ ਦੀ ਵੀਡੀਓ ਹੈ ਉਹ ਕਿਸੇ ਦੀਆਂ ਭਾਵਨਾਵਾਂ ਨਹੀਂ ਭੜਕਾਉਂਦੀ, ਨਾ ਉਹਦੇ ਮੁਤਾਬਕ ਇਹਦੇ 'ਤੇ ਕੇਸ ਬਣਦਾ, ਇਹ ਲੀਗਲ ਓਪੀਨੀਅਨ ਆ ਚੁੱਕਾ। ਬਾਈ ਸਾਹਿਬ, ਜਿਸ ਤਰ੍ਹਾਂ ਅੱਜ ਕੱਲ੍ਹ ਹਰੇਕ ਇਸ ਤਰ੍ਹਾਂ ਦਾ ਇਸ਼ੂ ਬਣਾ ਲਿਆ, ਭਾਵੇਂ ਕਿ ਰੇਪ ਦੇ ਪਰਚੇ ਵੀ ਹੋ ਜਾਂਦੇ ਨੇ, ਫਿਰ ਇਹਨਾਂ ਲੋਕਾਂ 'ਤੇ ਹਰਾਸ਼ਮੈਂਟ ਦਾ ਪਰਚਾ ਕਿਉਂ ਨਾ ਹੋਵੇ ਮੁੜ ਕੇ, ਤਾਂ ਜੋ ਅੱਗੇ ਤੋਂ ਇਹਨਾਂ ਤੋਂ ਵੀ ਨਕੇਲ ਪਵੇ ਜਿਹੜੇ ਇਸ ਤਰ੍ਹਾਂ ਹਰਾਸ਼ ਕਰਦੇ। ਇਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਜਿਹੜੇ ਝੂਠੇ, ਜਦੋਂ ਅਸੀਂ ਇਹ ਕੋਸ਼ਿਸ਼ ਕਰਾਂਗੇ, ਜਦੋਂ ਅਸੀਂ ਇਹ FIR ਕੁਐਸ਼ ਕਰਨ ਵੱਲ ਤੁਰਾਂਗੇ ਤਾਂ ਅਸੀਂ ਇਹ ਵੀ ਨਾਲ ਡਿਮਾਂਡ ਕਰਾਂਗੇ ਵੀ ਜਿਨ੍ਹਾਂ ਨੇ ਝੂਠੇ ਬਿਆਨਬਾਜ਼ੀ ਤੇ ਕੀਤਾ, ਹਰਾਸ਼ ਕੀਤਾ ਇਹਨੇ ਦੇਰ ਤੋਂ, ਇਹਨਾਂ ਦੇ ਖਿਲਾਫ ਕਾਰਵਾਈ ਕਰੇ, ਇਹਨਾਂ 'ਤੇ ਵੀ ਮਾਨਹਾਨੀ ਹੋਣੀ ਚਾਹੀਦੀ ਹੈ। ਅਸੀਂ ਲੀਗਲ ਜਿਹੜਾ ਹੈਗਾ ਉਹ ਜਿਹੜਾ ਕੋਰਸ ਅਪਣਾਵਾਂਗੇ। ਬਿਲਕੁਲ, ਕਿਉਂਕਿ ਜਣਾ ਖਣਾ ਕਹਿੰਦਾ ਮੇਰੀਆਂ ਭਾਵਨਾਵਾਂ ਭੜ ਗਈਆਂ, ਪਰ ਜਦੋਂ ਉਸ 'ਚ ਬਰੀ ਹੋ ਜਾਂਦਾ ਬੰਦਾ ਤਾਂ ਫਿਰ ਉਹ ਭਾਵਨਾਵਾਂ ਭੜਕਾਉਣ ਵਾਲੇ ਵੀ ਕਿਉਂ ਨਾ ਕਿਉਂ ਉਸ ਹਰਜਾਨੇ ਦੇ ਜ਼ਿੰਮੇਵਾਰ ਹੋਣ। ਨਹੀਂ, ਅਸੀਂ ਇਹ ਲੀਗਲ ਓਪੀਨੀਅਨ ਲਵਾਂਗੇ ਅਤੇ ਕਾਰਵਾਈ ਕਰਾਂਗੇ। ਕਾਫੀ ਤਾਦਾਦ ਦੇ ਵਿੱਚ ਪ੍ਰੈਸ ਦੇ ਲੋਕ ਵੀ ਆਏ ਹੋਏ ਸੀਗੇ, ਪਰ ਇਸ ਦੌਰਾਨ ਗਰੇਵਾਲ ਸਾਹਿਬ ਕਿੱਦਾਂ ਲੱਗਦਾ ਤੁਹਾਡੇ ਪਰਿਵਾਰਕ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਇਸ ਤਰ੍ਹਾਂ ਇਹਨੇ ਜਿਵੇਂ ਬਹੁਤ ਵੱਡਾ ਕ੍ਰਿਮੀਨਲ ਹੁੰਦਾ ਲੋਕਾਂ 'ਚ ਦਹਿਸ਼ਤ ਪਾਉਣ ਦੇ ਪਰਵਾਹ ਅਤੇ ਮੀਡੀਆ 'ਤੇ ਦਹਿਸ਼ਤ ਪਾਉਣ ਵਾਸਤੇ ਪਿਛਲੇ ਦਰਵਾਜ਼ੇ ਹਸਪਤਾਲ 'ਚ ਲੈ ਕੇ ਆਏ ਨੇ, ਪਿਛਲੇ ਦਰਵਾਜ਼ੇ ਹੀ ਕੱਢ ਕੇ। ਕੀ ਉਹਨਾਂ ਦੀ ਸਰੀਰਕ ਹਾਲਤ ਕੀ ਹੈ, ਤੁਹਾਡੀ ਗੱਲ ਹੋਈ ਉਹਨਾਂ ਨਾਲ? ਠੀਕ ਆ ਜੀ, ਉਹ ਕਿਤੇ ਦਬਣ ਵਾਲੇ ਨੇ। ਵੀਡੀਓ ਪਲੇ ਕਰੋ।
ਅੱਛਾ, ਇੱਕ ਵੀਡੀਓ ਵੈਸੇ ਬੜੀ ਸਖਤੀ ਸੀ, ਅਸੀਂ ਅੰਦਰ ਜਾਣ 'ਚ ਸਫਲ ਹੋ ਗਏ ਹਾਂ, ਪਰ ਉਹਨਾਂ ਨੇ ਇਹ ਗੱਲ ਕਹੀ ਹੈ। ਅਤੇ ਕਿਵੇਂ ਉਮੀਦ ਕਰਦੇ ਹੋ ਪਰਿਵਾਰ ਨੂੰ ਮੁਲਾਕਾਤ ਜਾਂ ਗੱਲਬਾਤ ਦਾ ਸਮਾਂ ਮਿਲਦਾ? ਤਰੀਕਾਂ ਭੁਗਤਣਗੇ ਜੱਟ ਲੜ ਪਏ, ਮਾਲੀ ਸਾਹਿਬ ਦਾ ਹੋ ਜਾਂਦਾ। ਅੱਜ ਰਣਜੀਤ ਜੀ, ਅੱਜ ਟੈਸਟ ਲਿਆ ਗਿਆ ਸੀ, ਕੀ ਤਕਲੀਫ ਕੀ ਹੋਈ, ਕੀ ਪਤਾ ਲੱਗਿਆ? ਸਰਕਾਰ ਦੇ ਖਿਲਾਫ ਬੋਲਦਾ ਜੀ, ਲੋਕਾਂ ਚ ਦਹਿਸ਼ਤ, ਮੀਡੀਆ ਤੇ ਦਹਿਸ਼ਤ ਪਾਉਣ ਵਾਸਤੇ ਕਰ ਰਹੇ ਨੇ ਸਾਰਾ ਕੁਛ, ਵੀ ਹੋਰ ਮੀਡੀਆ ਸੋਸ਼ਲ ਮੀਡੀਆ ਤੇ ਜੋ ਐਕਟਿਵ ਨੇ ਉਹ ਵੀ ਡਰ ਜਾਣ ਵੀ ਜੇ ਇੱਕ ਅਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਝੂਠਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰਤਾ, ਅਤੇ ਬਾਕੀ ਮੀਡੀਆ 'ਤੇ ਡੈਸਟ ਪਾਉਣ ਵਾਸਤੇ ਮਰੀਜ਼ ਡਰ ਗਿਆ, ਐਵੇਂ ਪਤਾ ਨਹੀਂ ਕੀ ਹੋ ਗਿਆ, ਐਡੀ ਵੱਡੀ ਫੋਰਸ ਲੈ ਕੇ ਆਏ ਨੇ, ਪਿਛਲੇ ਦਰਵਾਜ਼ੇ ਲਿਆ ਕੇ ਅੰਦਰ ਲੈ ਕੇ ਆਏ ਨੇ, ਪਿਛਲੇ ਦਰਵਾਜ਼ੇ ਹੀ ਕੱਢ ਕੇ ਲੈ ਗਏ। ਤੁਹਾਨੂੰ ਨਹੀਂ ਲੱਗਦਾ ਜਿੰਨੇ ਅਫਸਰ ਨਾਲ ਲੱਗੇ ਹੋਏ, ਮਤਲਬ 4 DSP, 1 SP, 5-7 ਥਾਣਿਆਂ ਦੇ ਮੁਖੀ ਵੀ, ਮਤਲਬ ਬਹੁਤ ਕੋਈ ਜਿਵੇਂ ਇਹ ਕੈਟਾਗਰੀ ਦਾ ਕੋਈ ਗੈਂਗਸਟਰ ਲਿਆਉਂਦੇ ਆ, ਤੁਸੀਂ ਅਕਸਰ ਦੇਖਦੇ ਹੋ ਵੀ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ? ਇਹ ਸਰਕਾਰ ਵਾਸਤੇ ਤਾਂ ਜੀ ਉਹ ਬਹੁਤ ਖਤਰਨਾਕ ਆ, ਸਰਕਾਰ ਤਾਂ ਇਹ ਮੰਨਦੀ ਹੈ ਵੀ ਜਿੰਨਾ ਉਹ ਮੀਡੀਆ ਸਰਕਾਰ ਦੇ ਖਿਲਾਫ ਲਿਖਦੇ ਨੇ, ਸਰਕਾਰ ਨੂੰ ਤਾਂ ਉਹਨਾਂ ਤੋਂ ਇੰਨਾ ਖਤਰਾ ਨਹੀਂ ਜਿੰਨਾ ਇਹਨੂੰ ਸਮਝ ਰਹੇ ਨੇ। ਇਸ ਕਰਕੇ ਮੀਡੀਆ ਦੀ ਸੰਘੀ ਨੱਪਣ ਵਾਸਤੇ ਸਾਰਿਆਂ ਨੂੰ ਗੋਦੀ ਮੀਡੀਆ ਬਣਾਉਣਾ ਚਾਹੁੰਦੇ ਨੇ, ਜਿਹੜਾ ਕਿ ਇੱਦਾਂ ਪਾਉਣਾ ਮੀਡੀਆ ਬਣ ਵੀ ਗਿਆ। ਅੱਖਾਂ ਦਾ ਆਪਰੇਸ਼ਨ ਸੀ ਜੀ, ਉਹਨਾਂ ਦਾ ਅੱਖਾਂ ਦਾ ਸੁਹਾਣੇ ਤੋਂ ਇਲਾਜ ਚੱਲ ਰਿਹਾ ਸੀ, ਅੱਖਾਂ ਦਾ ਆਪਰੇਸ਼ਨ ਕਰਾਉਣਾ, ਉਹ ਚੈੱਕਅਪ ਕਰਾਉਣ ਆਏ ਤੇ ਰਿਪੋਰਟ ਆਈ ਕੋਈ ਅਜੇ? ਰਿਪੋਰਟ ਕੋਈ ਸਾਨੂੰ ਦਿੱਤੀ ਹੋਣੀ ਜੀ, ਕੋਈ ਸਾਹਮਣੇ ਤੁਸੀਂ ਹੋਏ ਗੱਲਬਾਤ ਸਾਨੂੰ ਮਿਲਣੇ ਨਹੀਂ ਦਿੱਤਾ, ਗੱਲਬਾਤ ਕਰਨ ਦੀ ਮਿਲਣੇ ਨਹੀਂ ਦਿੱਤਾ, ਮੀਡੀਆ ਦੇ ਸਾਹਮਣੇ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ, ਲੇਕਿਨ ਪੁਲਿਸ ਨੇ ਬੋਲਣ ਨਹੀਂ ਦਿੱਤਾ ਜੀ, ਕਹਿੰਦੇ ਹੁਣ ਕਾਰਵਾਈ ਕਿੱਥੇ ਤੱਕ ਪਹੁੰਚੀ ਇਸ ਪੂਰੇ ਮਾਮਲੇ ਦੀ, ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਕਰਨ ਵਾਲੀਆਂ ਧਾਰਾਵਾਂ ਲੱਗੀਆਂ? ਇਹ ਚੰਡੀਗੜ੍ਹ ਨੇ ਜੀ, ਵਕੀਲ ਸਾਹਿਬ ਰਾਜਵਿੰਦਰ ਸਿੰਘ ਬੈਂਸ, ਡਾਕਟਰ ਪਿਆਰੇ ਲਾਲ ਗਰਗ, ਉਹਨਾਂ ਨੂੰ ਸਿਵਲ ਸੁਸਾਇਟੀ ਵੱਲੋਂ ਜਿਵੇਂ ਵੱਖ ਵੱਖ ਧਿਰਾਂ ਪ੍ਰਦਰਸ਼ਨ ਕਰ ਰਹੀਆਂ ਨੇ, ਕੀ ਉਹ ਪ੍ਰਦਰਸ਼ਨ ਇੱਕ ਦਿਨ ਕੀਤਾ ਗਿਆ 20 ਤਰੀਕ ਨੂੰ, ਉਸ ਤੋਂ ਬਾਅਦ ਵੀ ਕੋਈ ਇਸ ਨੂੰ ਕੰਟੀਨਿਊ ਕੀਤਾ ਜਾਏਗਾ? ਇਹ ਤਾਂ ਜਥੇਬੰਦੀਆਂ ਦੱਸਣਗੀਆਂ ਜੀ। ਅੱਛਾ, ਤੇ ਉਹ ਬਣਾ ਰਹੇ ਨੇ ਪ੍ਰੋਗਰਾਮ ਕੋਈ? ਤੁਹਾਨੂੰ ਜਿਸ ਤਰ੍ਹਾਂ ਸਾਰੀਆਂ ਇਹ ਤਰ੍ਹਾਂ ਸਪੋਰਟ ਕਰ ਰਹੀਆਂ ਨੇ ਇਸ ਮੁੱਦੇ ਤੇ, ਸਾਰੀਆਂ ਧਿਰਾਂ ਦਾ ਜੀ ਅਸੀਂ ਧੰਨਵਾਦ ਕਰਦੇ ਹਾਂ, ਜਿੰਨੀਆਂ ਧਿਰਾਂ ਨੇ ਸਪੋਰਟ ਕਰੀ ਆ ਸਿਆਸੀ ਬਖਰੇਵੇਂ ਤੋਂ ਉੱਪਰ ਜੀ, ਧੰਨਵਾਦ। ਸੋ ਦੋਸਤੋ, ਇਹ ਸਨ ਸਰ ਰਣਜੀਤ ਸਿੰਘ ਗਰੇਵਾਲ, ਜਿਹੜੇ ਖੁਦ ਵੀ ਪੰਜਾਬੀ ਟ੍ਰਿਬਿਊਨ ਨਾਲ ਵਾਵਸਥਾ ਪੱਤਰਕਾਰ ਰਹੇ ਨੇ। ਅੱਜ ਇਹ ਵੀ ਮੁਲਾਕਾਤ ਲਈ ਜਾਂ ਹੋਰ ਬਹੁਤ ਸਾਰੇ ਹਮਖਿਆਲ ਲੋਕ ਆਏ ਹੋਏ ਸਨ, ਪ੍ਰੈਸ ਵੀ ਕਾਫੀ ਤਾਦਾਦ ਦੇ ਵਿੱਚ ਆਈ ਸੀ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ, ਰਜਿੰਦਰਾ ਹਸਪਤਾਲ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ।